मेरे फैंस, बोहिमिया के फैंस गल इदा है कि बोहिमिया ने हम नवा गाना आया वूफर्स, ठीक है वूफर। इसमें क्या हुआ कि जो इतने सारे सॉन्ग्स आए हैं, जैसे कि बोहिमिया का पहला आया था साबन उठ के साथ आ गया, ठीक है, नए सिंगर सारे, दादागिरी आया था, राहुल लखनपाल, ठीक है, आजा माही आया था उनके साथ, गोल्डी गराया के साथ जी वैगन आया, उसके बाद बल सेड़ी के साथ आया, ठीक है, मलंग आया, अब वूफर आया विक्की के साथ। ये इतने सारे सिंगर्स जो हैं बोहिमिया उनको लाया है, और ऐसा कोई और मुझे बताओ इंडस्ट्री में कौन सा सिंगर है जो इतने सारे न्यू कमर्स हैं उनको इंडस्ट्री में लेके आया, कोई ऐसा मुझे सिंगर का नाम बताओ। क्योंकि सिंगर जो होते हैं जो उस मुकाम पे पहुंचे होते हैं तो वो ऐसा सोचते हैं कि हमें किसी और के साथ अगर ड्यूएट करना है तो वो बंदा भी फेमस हो उस लाइन में, लेकिन बोहिमिया ये कैसा बंदा है भाई। गल ऐ हम बोहिमिया नवे नवे सिंगर काम करी जाता है, तो कई फैनस में भी दिक्कत जी आ रही है, जिम्मे कमेंट कर रहे कि बोहिमिया क्यों कर रहे इन्हें सिंगर जो सारे न्यू ने, तो क्यों कर। पहली गल तो है यार, जो बंद न्यू ना काम कर रहे हैं तो न्यू सोच वाले बंद भी सीखने मिलता है, तो न्यू बंद एक लेजर काम करने भी कुछ सीखने मिलता है, न्यू हों फ्रैश माइंड हों कुछ सीखने मिलता है। जो हम बोहिमिया ना काम करता है लाइन वाइज, जैसमिन सेंडली, गुरु रंधावा, इन्ने सारे जड़े आए हैं सारे न्यू ही सके, तो सीखो तो बोहिमिया भाजी कोई फर्क नहीं पैंता, कोई नवा या ना आपका काम करना जोड़ा भी आए, तो बोहिमिया भाजी मतलब कि पता चलता जिमें रेंज बढ़ रही है कि हरेक सिंगर का काम रैप तो रैप आ रहा है, इन्ने रैप आ चुकी है कि साले रिव्यू करने औखे हो गए हैं, कमेंट आते कि हाँ भाई रिव्यू करो, तो साले औखा हो गया हम सुन के बार बार फिर सुन के याद करके फिर गा के या रिव्यू करके कि करके, तो फैनस कह रहे कि सारे कि रिव्यू करो, तो बई ਇੰਨੇ ਰੈਪ ਆਈ ਜਾਂਦੇ ਨੇ ਇੰਨੇ ਰੈਪ ਆਈ ਜਾਂਦੇ ਨੇ ਇੰਨੇ ਰੈਪ ਆਈ ਜਾਂਦੇ ਨੇ ਇੱਕ ਲੱਖ ਸੌਂਗ ਕਰਤਾ ਇੱਕ ਲੱਖ ਕਿਹੜੇ ਰਿਵਿਊ ਕਰੀਏ ਇੱਕ ਲੱਖ ਸੌਂਗ ਕਰਤਾ ਔਰ ਇਹ ਦੇਖੋ ਸੀਨ ਇਹ ਸੀਨ ਹੈ ਨਾ ਜੋ ਇਹ ਕੇਲੇ ਵਾਲਾ ਸੀਨ ਇਸਮੇ ਬਹੁਤ ਬੜੀਆ ਗਿਆ ਯਾਰ ਇਹ ਜੋ ਵੂਫਰ ਸੌਂਗ
ਗੇਟ ਹੈ, ਪਰ ਲੱਗਦਾ ਜਿਵੇਂ ਪ੍ਰਵੀਨ ਕੁਮਾਰ ਵਾਂਗੂ ਜਿਹੜਾ ਇੰਡੀਅਨ ਬੋਲਰ ਹੈਗਾ। ਇਹ ਚੱਕਰ ਐਸਾ ਹੈ ਕਿ ਇੱਕ ਤੋਂ ਜੋ ਵੂਫਰ ਸੌਂਗ ਹੈ ਨਾ, ਇਸਮੇ ਜੋ ਲਾਈਨ ਆਈ ਹੈ ਨਾ, ਪਹਿਲੀ ਲਾਈਨ ਜੋ ਵਿੱਕੀ ਗਈ ਹੈ ਕਿ ਕੱਲਾ ਕੱਲਾ ਗਾਣਾ ਘਰੇ ਵਾਰਤਾ ਸੁਪਰ ਯਾਰ, ਔਰ ਬੋਈ ਮੇਂ ਤੋ ਆਪਣੇ ਐਂਡ ਹਮੇਸ਼ਾ ਹੀ ਲਗਾਤੇ ਹੈ, ਐਂਡ ਕਾ ਵੀ ਐਂਡ ਕਾ ਵੀ ਐਂਡ ਕਾ ਵੀ ਐਂਡ, ਸਾਰੀਆਂ ਲਾਈਨਾਂ ਪੂਰੇ ਪਰਫੈਕਟ ਗਈਆਂ ਨੇ। ਉਹ ਲਾਈਨ ਮੈਨੂੰ ਇਤਨੀ ਬੜੀਆ ਲੱਗੀ ਹੈ ਨਾ ਕਿ ਉੱਤੋਂ ਅੱਗੇ ਅੱਗੇ ਕਾਤਿਲ ਮੈਂ ਵੀ ਹੱਥ ਵੈਰੀਆਂ ਦੇ ਲਹੂ ਨਾਲ ਅਜੇ ਵੀ ਲਾਲ ਨੇ ਮੇਰੇ, ਉਹ ਜੋ ਮੈਂ ਵੀ ਹੱਥ ਕਾ ਹੈ ਨਾ, ਮਤਲਬ ਉੱਤੋਂ ਅੱਗੇ ਅੱਗੇ ਕਾਤਿਲ ਸਟੋਪ ਕੋਮਾ ਮੈਂ ਵੀ ਹੱਥ ਫਿਰ ਸੇ ਕੋਮਾ ਵੈਰੀਆਂ ਦੇ ਲਹੂ ਨਾਲ ਅਜੇ ਵੀ ਲਾਲ ਨੇ ਮੇਰੇ ਐਂਡ ਕਰਾ ਦਿੱਤਾ ਯਾਰ। ਐਸੇ ਵਰਡ ਫਿੱਟ ਕਰਨਾ, ਪਹਿਲੀ ਲਾਈਨ ਕਾ ਮਤਲਬ ਚੌਥੀ ਮੈਂ ਪੜ੍ਹਾ, ਚੌਥੀ ਕਾ ਮਤਲਬ ਦਸਵੀਂ ਮੈਂ ਪੜ੍ਹਾ, ਦਸਵੀਂ ਲਾਈਨ ਕਾ ਮਤਲਬ ਪਹਿਲੀ ਮੈਂ ਪੜ੍ਹਾ, ਯੇ ਬੋਹੀ ਮੈਂ ਹੀ ਕਰ ਸਕਤਾ ਭਾਈ, ਬੋਹੀ ਮੈਂ ਹੀ ਕਰ ਸਕਤਾ। ਬਹੁਤ ਗਾਣੇ ਆਉਣ ਵਾਲੇ ਨੇ, ਹਜੇ ਤਾਂ ਪਤਾ ਹੀ ਨਹੀਂ ਕਿਸੇ ਨੂੰ ਕਿੰਨੇ ਗਾਣੇ ਆਉਣਗੇ, ਮੈਂ ਕਹਿੰਦਾ ਸਕਲਨ ਬੋਨਸ ਤੱਕ ਤਾਂ ਪਾਗਲ ਹੋ ਜਾਣਗੇ ਪੱਲੇ ਹੀ ਲੋਕ, ਲੱਕੀ ਚੱਲਿਆ ਹੋਏ ਕੌਨਸਾ ਲੱਕੀ।
ਹੋ ਗਿਆ। ਅੱਛਾ ਕੋਈ ਬਾਤ ਨਹੀਂ, ਕੱਲਣ ਬਾਸ ਟੂ ਸਾਰੇ ਡੀਕ ਕਰੀ ਜਾਂਦੇ ਕਿ ਕਦੋਂ ਆਊਗੀ ਕਦੋਂ ਆਊਗੀ। ਔਰ ਬਾਈ ਉਦੋਂ ਪੱਲੇ ਪਤਾ ਨਹੀਂ ਕਿੰਨੇ ਰਹਿ ਪਾਣੇ ਹਜੇ ਉਦੋਂ ਪੱਲੇ। ਔਰ ਇੱਕ ਹਮੇ ਫੋਨ ਆਇਆ, ਇੱਕ ਜ਼ਿੰਦਗੀ ਮੇ ਇੱਕ ਮਤਲਬ ਅਲੱਗ ਕਿਸਮ ਕੇ ਹਮੇ ਉਹਨਾਂ ਦੇ ਨਾਮ ਹੀ ਲੈ ਦੇ ਖਚੋ ਬੰਦਿਆਂ ਦੇ, ਅਲੱਗ ਕਿਸਮ ਕੇ ਫੈਨਸ ਜੋ ਹੈ ਉਨਕਾ ਨਾਮ ਮੈਂ ਸ਼ੋਰਟ ਮੇ ਲੂੰਗਾ B&S, ਵੋ ਜੁੜਵਾ ਹੈ। ਅਗਰ ਉਨਸੇ ਪਰਮਿਸ਼ਨ ਲੇਂਗੇ, ਜਾਨ ਆਪਣੀ ਵੋ ਜਾਨ, ਜਬ ਉਨਸੇ ਪਰਮਿਸ਼ਨ ਲੇਂਗੇ ਅਗਰ ਉਨਕਾ ਮੂਡ ਆਨਾ ਤੋ, ਇਤਨੀ ਖਤਰਨਾਕ ਫੈਨਸ ਹੈ, ਇਤਨੀ ਖਤਰਨਾਕ ਫੈਨਸ ਹੈ ਨਾ ਵੋ, ਬਾਕੀ ਦੇ ਨਾਲ ਹੀ ਦੇਖੇਂਗੇ ਆਪ ਆਗੇ ਕਿਆ ਕਿਆ ਹੋਤਾ ਹੈ। ਔਰ ਵੋ ਤੋ ਅਭੀ ਫਿਰ ਆਈ ਨਹੀਂ ਨਾ, ਵੋ ਤੋ ਅਭੀ ਹਮਨੇ ਕੀਆ ਵੀ ਨਹੀਂ ਕੁਛ, ਅਭੀ ਘਰ ਪੇ ਪੜੇ ਹੈ ਨਾ ਵੋ। ਅੱਛਾ, ਤੋ ਇੱਕ ਔਰ ਚੀਜ਼ ਆਪਕੋ ਬਤਾਏ, ਗੱਡੀ ਚ ਸਮਾਨ ਤੁਨ ਤੁਨ ਕੇ ਵੀ ਪਿਆ, ਠੀਕ ਹੈ, ਵੋ ਵੀ ਆਪਕੋ ਦਿਖਾਤੇ ਹੈ, ਗੱਡੀ ਚ ਸਮਾਨ ਵਾਕੀ ਤੁਨ ਤੁਨ ਕੇ ਰੱਖਿਆ ਹੋਇਆ। ਔਰ ਜੋ ਕੇਡੀਐਮ ਫੈਨਸ ਹੈ ਨਾ, ਵੋ ਲੜਕੀਆਂ ਦੋ ਇਧਰ 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 ਹੈ, ਵੋ ਇਧਰ, ਔਰ ਉਨਕੇ ਲਈ ਉਨਸੇ ਪੁੱਛੇਂਗੇ ਅਗਰ ਵੋ ਆਨਾ ਚਾਹੇਂਗੇ ਨਾ ਯੂਟਿਊਬ ਪੇ, ਤੋ ਬਾਈ ਹਿਲ ਜਾਓਗੇ ਯਾਰ, ਇਤਨੀ ਔਸਮ ਫੈਨਸ ਹੈ ਨਾ, ਇਤਨੀ ਔਸਮ ਫੈਨਸ ਹੈ, ਔਰ ਦੋਨੋਂ ਟਵਿਨਸ, ਠੀਕ ਹੈ, ਸਲੂਟ ਹੈ ਉਨਕੋ। ਔਰ ਗਾਣਾ ਬਹੁਤ ਅੱਛਾ ਹੈ ਯਾਰ, ਵੂਫਰ ਬਹੁਤ ਮਸਤ ਗਾਣਾ ਯਾਰ, ਗੱਡੀ 'ਚ ਉਹੀ ਚੱਲੀ ਜਾਂਦਾ। ਅਤੇ ਜਿਹੜੇ ਬੋਹੀਮੀਆ ਦੇ ਫੈਨਸ ਆ ਨਾ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ, ਇਕੱਲਾ ਇਕੱਲਾ ਫੈਨ ਨਾ ਬੋਹੀਮੀਆ ਦਾ ਹਜ਼ਾਰ ਦੇ ਬਰਾਬਰ ਹੈ, ਕਸਮ ਨਾਲ ਯਾਰ ਹਜ਼ਾਰ ਦੇ ਬਰਾਬਰ ਹੈ, ਇਕੱਲਾ ਇਕੱਲਾ ਫੈਨ। ਵਨ ਬੋਹੀਮੀਅਨ ਇਜ਼ ਇਕੁਅਲ ਟੂ ਯੂ ਕੈਨ ਸੇ ਲਾਈਕ ਥਾਊਜ਼ੰਡ ਯੋਯੋਜ਼ ਫੈਨ, ਦਿਸ ਇਜ਼ ਅ ਫੈਕਟ। ਮੈਨੂੰ ਕੱਲ ਵੀ ਆਏ ਤਿੰਨ ਮੁੰਡੇ ਮਿਲ ਕੇ ਗਏ, ਦੋ ਮੁੰਡੇ ਆਏ ਸੀਗੇ, ਉਹ ਮਿਲ ਕੇ ਗਏ ਆ, ਬੋਹੀਮੀਆ ਦੇ ਫੈਨਸ 'ਚ ਇੰਨੀ ਯੂਨਿਟੀ ਹੈ ਅਤੇ ਸਦਾ ਬਰਕਰਾਰ ਰਹੇ। ਮੁੰਡੇ ਦਾ ਨਾਂ ਕੀ ਸੀਗਾ? ਉਹ ਮੁੰਡੇ ਦਾ ਨਾਂ ਮੈਂ ਤਾਂ, ਉਹ ਕਹਿੰਦਾ ਮੈਨੂੰ ਸਾਰੇ ਟਿੰਕੂ, ਅਤੇ ਉਹ ਕਹਿੰਦਾ ਮੈਨੂੰ ਸਾਰੇ ਬੋਹੀਮੀਆ ਨਹੀਂ ਕਹਿੰਦੇ ਆ, ਇਹੀ ਬੋਹੀਮੀਅਨ ਦੀ ਖਾਸੀਅਤ ਹੈ, ਜਿੱਥੇ ਵੀ ਜਾਂਦੇ ਆ ਭੁੱਲ ਗਏ ਇਰਦ ਗਿਰਦ ਸਾਰੇ, ਉਹਨਾਂ ਦਾ ਨਾਂ ਆਪਾਂ ਅਗਲੀ ਵੀਡੀਓ 'ਚ ਲਵਾਂਗੇ। ਅਤੇ ਬਾਈ ਬੋਹੀਮੀਅਨਸ ਮੈਸੇਜ ਇਹੀ ਹੈ ਕਿ ਯਾਰ ਯੂਨਿਟੀ ਹਮੇਸ਼ਾ ਬਰਕਰਾਰ ਰੱਖਿਓ, ਯੂਨਿਟੀ ਬਣਾ ਕੇ ਰੱਖਣੀ ਹੈ ਹਮੇਸ਼ਾ, ਅਤੇ ਇੰਡੀਆ 'ਚ ਸ਼ੋਅ ਆਊਗਾ ਜਦੋਂ, ਅਤੇ ਆਪਾਂ ਸਾਰੇ ਉੱਥੇ ਮਿਲਾਂਗੇ, ਚਲੋ ਗੱਡੀ 'ਚ ਤੁਨ ਤੁਨ ਕੇ ਵੀ ਦਿਖਾਵਾਂਗੇ। ਸਲੂਟ ਹੈ, ਪਲੇ ਕਰਦੀ ਕਰਦੇ ਪਲੇ।